ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈਗਾ ਹੈ, ਉਦੋਂ ਹੀ ਉਹ ਸੰਘਰਸ਼ ਦਾ ਰਾਹ ਅਪਣਾਉਂਦਾ ਹੈਗਾ ਹੈ। ਅਤੇ ਇਸ ਵੇਲੇ ਸਾਡੇ ਡਾਕਟਰ ਸਾਹਿਬਾਨ ਜਿਹੜੇ ਹੈਗੇ ਆ ਸਿਕਿਉਰਿਟੀ ਨੂੰ ਲੈ ਕੇ, ਆਪਣੀ ਤਰੱਕੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ, ਅਤੇ ਇਸ ਕਰਕੇ ਹੀ ਇਹਨਾਂ ਨੇ ਸੰਘਰਸ਼ ਦਾ ਰਸਤਾ ਅਪਣਾਇਆ। ਸਾਡੀ ਮੰਗ ਹੈਗੀ ਜਿਹੜੀਆਂ ਸਾਡੀਆਂ ਤਰੱਕੀਆਂ ਸਰਕਾਰ ਨੇ ਕਾਫੀ ਟਾਈਮ ਤੋਂ ਰੋਕ ਕੇ ਰੱਖੀਆਂ ਹੋਈਆਂ, ਸਾਨੂੰ ਸਾਡੀਆਂ ਉਹ ਤਰੱਕੀਆਂ ਬਹਾਲ ਕਰਨ। 3 ਘੰਟੇ ਦੀ ਸਟ੍ਰਾਈਕ ਕਰ ਰਹੇ ਹਾਂ, 3 ਦਿਨ ਕੀਤੀ ਹੈ, ਸਾਨੂੰ ਸਰਕਾਰ ਕੋਲੋਂ ਪੂਰੀ ਉਮੀਦ ਹੈ ਕਿ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ। ਫੁੱਲ ਡੇ ਵੀ ਸਾਨੂੰ ਓਪੀਡੀ ਜਿਹੜੀ ਬੰਦ ਕਰਨੀ ਪੈ ਸਕਦੀ ਹੈ, ਜੇ ਫਿਰ ਵੀ ਸਰਕਾਰ ਨਹੀਂ ਮੰਨੀ ਸਾਨੂੰ ਮਜਬੂਰਨ ਫਿਰ ਐਮਰਜੈਂਸੀ ਦੀ ਸਰਵਿਸ ਹੈਗੀਆਂ ਉਹਦੇ ਵਿੱਚ ਕਰੌਤੀ ਕਰਨੀ ਸ਼ੁਰੂ ਕਰਨੀ ਪੈ ਸਕਦੀ, ਤਾਂ ਕਿ ਲੋਕਾਂ ਵਾਸਤੇ ਫੈਸਿਲਿਟੀ ਵਧੇ, ਲੋਕਾਂ ਵਾਸਤੇ ਜਿਹੜੇ ਡਾਕਟਰ ਜ਼ਿਆਦਾ ਵਧਣ ਅਤੇ ਲੋਕ ਜਿਹੜੇ ਆ ਜ਼ਿਆਦਾ ਵਧੀਆ ਤਰੀਕੇ ਨਾਲ ਦੇਖੇ ਜਾ ਸਕਣ। PCMSS ਐਸੋਸੀਏਸ਼ਨ ਪੰਜਾਬ ਵੱਲੋਂ ਲਗਾਤਾਰ ਜਿਹੜੀ ਹੈ ਡਾਕਟਰਾਂ ਦੀ ਹੜਤਾਲ ਜਿਹੜੀ ਹੈ ਉਹ ਜਾਰੀ ਕੀਤੀ ਹੋਈ ਹੈ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਤਾਂ ਇਹ ਜਿਹੜੀ ਹੜਤਾਲ ਜਿਹੜੀ ਹੈ ਉਹ ਖਤਮ ਹੋਣੀ ਹੈ। ਵੇਖ ਸਕਦੇ ਆ ਜੋ ਡਾਕਟਰ ਜਿਹੜੇ ਆ ਸਿਵਲ ਹਸਪੀਟਲ ਦੇ ਬਾਹਰ ਜਿਹੜੇ ਆ ਆਪਣੀ ਸੇਵਾਵਾਂ ਜਿਹੜੀਆਂ ਇਸ ਵੇਲੇ ਬੰਦ ਕੀਤੀਆਂ ਹੋਈਆਂ, 3 ਘੰਟੇ ਲਈ ਸੇਵਾਵਾਂ ਬੰਦ ਹੈਗੀਆਂ। ਗੱਲਬਾਤ ਵੀ ਕਰਦੇ ਹਾਂ ਡਾਕਟਰ ਸੁਨੀਲ SMO ਪਠਾਨਕੋਟ ਸਾਡੇ ਨਾਲ ਜੁੜੇ ਪਏ। ਸਰ ਹੜਤਾਲ ਕੀਤੀ ਪਈ, ਕੀ ਕਹਿਣਾ ਜੀ? ਸਾਡੇ ਜਿਹੜੇ PCMS ਦੇ ਡਾਕਟਰਸ ਹੈਗੇ ਆ ਇਹਨਾਂ ਵੱਲੋਂ 3 ਘੰਟੇ ਦੀ OPD ਬੰਦ ਰੱਖਣ ਦੀ ਹੜਤਾਲ ਕੀਤੀ ਗਈ ਹੈਗੀ ਹੈ, ਅਤੇ 11 ਵਜੇ ਤੋਂ ਬਾਅਦ ਸਾਰੀਆਂ ਜਿਹੜੀਆਂ ਸੇਵਾਵਾਂ ਹੈਗੀਆਂ ਸੁਚਾਰੂ ਢੰਗ ਨਾਲ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜੋ ਵੀ ਇਹਨਾਂ ਦੀਆਂ ਡਿਮਾਂਡਸ ਹੈਗੀਆਂ ਉਹ ਬਿਲਕੁਲ ਜੈਨੂਇਨ ਡਿਮਾਂਡਸ ਹੈਗੀਆਂ, ਜਿਵੇਂ ਕਿ ਸਾਡੇ ਸਿਕਿਉਰਿਟੀ ਦਾ ਇਸ਼ੂ ਹੈ, ਚਾਹੇ ਇਹਨਾਂ ਦੇ ACP ਦਾ ਇਸ਼ੂ ਹੈ ਜਾਂ ਤਰੱਕੀਆਂ ਦਾ ਇਸ਼ੂ ਹੈਗਾ ਹੈ, ਇਹ ਬਹੁਤ ਹੀ ਜ਼ਿਆਦਾ ਜੈਨੂਇਨ ਡਿਮਾਂਡ ਹੈਗੀ। ਅਤੇ ਅੱਜ ਮਾਨਯੋਗ ਫਾਈਨਾਂਸ ਮਿਨਿਸਟਰ ਨਾਲ 9:30 ਵਜੇ ਮੀਟਿੰਗ ਵੀ ਸ਼ੁਰੂ ਹੋ ਚੁੱਕੀ ਹੈਗੀ ਹੈ, ਅਤੇ ਅਸੀਂ ਇਹੀ ਆਸ ਕਰਦੇ ਹੈਗੇ ਕਿ ਇਹਦਾ ਬਿਲਕੁਲ ਪੋਜ਼ਿਟਿਵ ਆਊਟਕਮ ਆਏਗਾ, ਅਤੇ ਡਾਕਟਰਸ ਜਿਹੜੇ ਹੈਗੇ ਆ ਇਹ ਪੇਸ਼ੈਂਟਸ ਦੇ ਹੱਕ 'ਚ ਵੀ ਇਹ ਬਹੁਤ ਜ਼ਿਆਦਾ ਕੰਮ ਕਰ ਰਹੇ ਹੈਗੇ ਆ। 11 ਵਜੇ ਇਹਨਾਂ ਨੇ ਆਪਣੀ ਹੜਤਾਲ ਬੰਦ ਕਰਕੇ ਜਿੰਨੇ ਵੀ ਪੇਸ਼ੈਂਟ ਆਏ ਹੋਏ ਆ ਸਾਰਿਆਂ ਨੂੰ ਹੀ ਦੇਖ ਕੇ, ਕੋਈ ਵੀ ਇਹ ਪੇਸ਼ੈਂਟ ਇਹੋ ਜਿਹਾ ਨਹੀਂ ਰਹੇਗਾ ਜਿਹਨੂੰ ਨਹੀਂ ਇਹ ਦੇਖਣਗੇ, ਅਤੇ ਸਾਰਿਆਂ ਨੂੰ ਮੈਡੀਸਨ ਦੇ ਕੇ ਐਗਜ਼ਾਮਿਨ ਕਰਕੇ ਹੀ ਅਸੀਂ ਤੋਰਨਾ ਹੈਗਾ। ਸਰ ਜਿਸ ਤਰ੍ਹਾਂ ਦੇਖਿਆ ਕਿ 3 ਦਿਨ ਤੋਂ ਲਗਾਤਾਰ ਜਿਹੜੀ ਆ 3 ਘੰਟੇ ਲਈ ਹੜਤਾਲ ਜਿਹੜੀ ਆ ਡਾਕਟਰਾਂ ਵੱਲੋਂ ਕੀਤੀ ਜਾਂਦੀ ਆ, ਮਰੀਜ਼ ਸਵੇਰੇ 8 ਵਜੇ ਆ ਜਾਂਦੇ ਨੇ, ਪਰੇਸ਼ਾਨੀਆਂ ਤਾਂ ਕਿਤੇ ਨਾ ਕਿਤੇ ਖੜੀਆਂ ਹੁੰਦੀਆਂ। ਪਰੇਸ਼ਾਨੀ ਦੇਖੋ ਡਾਕਟਰ ਕਦੇ ਵੀ ਜਿਹੜਾ ਹੈਗਾ ਹੈ ਹੜਤਾਲ ਨਹੀਂ ਕਰਦਾ ਹੈਗਾ ਹੈ, ਜਦੋਂ ਉਹ ਖੁਦ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈਗਾ ਹੈ ਉਦੋਂ ਹੀ ਉਹ ਸੰਘਰਸ਼ ਦਾ ਰਾਹ ਅਪਣਾਉਂਦਾ ਹੈਗਾ ਹੈ। ਅਤੇ ਇਸ ਵੇਲੇ ਸਾਡੇ ਡਾਕਟਰ ਸਾਹਿਬਾਨ ਜਿਹੜੇ ਹੈਗੇ ਆ ਸਿਕਿਉਰਿਟੀ ਨੂੰ ਲੈ ਕੇ, ਆਪਣੀ ਤਰੱਕੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ, ਅਤੇ ਇਸ ਕਰਕੇ ਹੀ ਇਹਨਾਂ ਨੇ ਸੰਘਰਸ਼ ਦਾ ਰਸਤਾ ਅਪਣਾਇਆ ਹੈਗਾ ਹੈ। ਬਿਲਕੁਲ, ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਇਹਨਾਂ ਵੱਲੋਂ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ, ਗੱਲ ਵੀ ਕਰਦੇ ਹਾਂ। ਅਤੇ ਮੈਡਮ ਕੀ ਨਾਂ ਜੀ ਤੁਹਾਡਾ? ਡਾਕਟਰ ਮਾਧਵੀ। ਅੱਜ ਤੁਸੀਂ ਹੜਤਾਲ 'ਤੇ ਬੈਠੇ ਹੋ, ਕੀ ਕਹਿਣਾ ਚਾਹੋਗੇ? ਅੱਜ ਸਾਡਾ ਦੇਖੋ ਜੀ ਸਟ੍ਰਾਈਕ ਦਾ 3ਰਾ ਦਿਨ ਹੈ, ਅਤੇ ਸਾਡੀ ਮੇਨ ਸਰਕਾਰ ਨਾਲ ਮੇਨ ਸਾਡੀਆਂ ਮੰਗਾਂ ਹੈਗੀਆਂ, ਸਭ ਤੋਂ ਪਹਿਲੀ ਮੰਗ ਹੈ ਸਿਕਿਉਰਿਟੀ ਇਸ਼ੂ। ਦੇਖੋ ਕੋਲਕਾਤਾ, ਲੇਕਿਨ ਉਹਨੇ ਕੇਸ ਨੂੰ ਅੱਜ ਲਗਭਗ 1 ਮਹੀਨਾ ਹੋ ਚੁੱਕਿਆ ਹੈ, ਸਰਕਾਰ ਵੱਲੋਂ ਕੋਈ ਪੱਕਾ ਸਿਕਿਉਰਿਟੀ ਦਾ ਪ੍ਰਬੰਧ ਹਾਲੇ ਤੱਕ ਵੀ ਨਹੀਂ ਕੀਤਾ ਗਿਆ। ਸਾਡੀ ਮੰਗ ਇਹੀ ਹੈ ਇੱਕ ਪ੍ਰੋਪਰ ਡਿਜ਼ਾਈਨਡ ਸਿਸਟਮ ਬਣਾਇਆ ਜਾਏ ਸਿਕਿਉਰਿਟੀ ਨੂੰ ਲੈ ਕੇ, ਜਿੱਥੇ ਕਿ ਇੱਥੇ 40-50% ਫੀਮੇਲਸ ਕੰਮ ਕਰਦੀਆਂ ਹੋਸਪਿਟਲ ਦੇ ਵਿੱਚ, ਈਵਨਿੰਗ ਅਤੇ ਨਾਈਟ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਉਹ ਕਿਹਨੂੰ ਕੰਟੈਕਟ ਕਰਨ, ਕਿਹੜੇ ਨੰਬਰਸ ਹੈ, ਫੋਨ ਨੰਬਰਸ, ਕੌਣ ਸਿਕਿਉਰਿਟੀ 'ਤੇ ਹੈ, ਇਹ ਸਾਨੂੰ ਸਾਰਾ ਪ੍ਰੋਪਰ ਇੱਕ ਡਿਜ਼ਾਈਨ ਸਿਸਟਮ ਚਾਹੀਦਾ, ਰਿਟਰਨ ਨੋਟੀਫਿਕੇਸ਼ਨ ਚਾਹੀਦੀ ਹੈ ਸਿਕਿਉਰਿਟੀ ਇਸ਼ੂ ਨੂੰ ਲੈ ਕੇ। ਦੂਸਰੀ ਸਾਡੀ ਮੰਗ ਹੈਗੀ ਜਿਹੜੀਆਂ ਸਾਡੀਆਂ ਤਰੱਕੀਆਂ ਸਰਕਾਰ ਨੇ ਕਾਫੀ ਟਾਈਮ ਤੋਂ ਰੋਕ ਕੇ ਰੱਖੀਆਂ ਹੋਈਆਂ, ਸਾਨੂੰ ਸਾਡੀਆਂ ਉਹ ਤਰੱਕੀਆਂ ਬਹਾਲ ਕਰਨ, ਤਾਂ ਜੋ ਸਰਕਾਰੀ ਸਾਰੇ ਡਾਕਟਰਾਂ ਨੂੰ ਸਰਕਾਰੀ ਨੌਕਰੀ ਜੁਆਇਨ ਕਰਨ ਅਤੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨ। ਅਤੇ ਬਿਲਕੁਲ ਦੇਖਿਆ ਹੋਰ ਵੀ ਡਾਕਟਰ ਜੁੜੇ ਪਏ ਨੇ। ਮੈਡਮ ਕੀ ਨਾਂ ਜੀ ਤੁਹਾਡਾ? ਡਾਕਟਰ ਵੰਦਨਾ। ਵੰਦਨਾ ਜੀ, ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੇਖਿਆ ਕਿ ਤੁਸੀਂ 3 ਘੰਟੇ ਦੀ ਹੜਤਾਲ 3 ਦਿਨ ਤੋਂ ਲਗਾਤਾਰ ਜਿਹੜੀ ਹੈ ਉਹ ਚੱਲਦੀ ਪਈ ਹੈਗੀ ਆ, ਕੀ ਕਹਿਣਾ ਚਾਹੋ?
ਅਸੀਂ 3 ਘੰਟੇ ਦੀ ਸਟ੍ਰਾਈਕ ਕਰ ਰਹੇ ਹਾਂ, 3 ਦਿਨ ਕੀਤੀ ਹੈ। ਸਾਨੂੰ ਸਰਕਾਰ ਕੋਲੋਂ ਪੂਰੀ ਉਮੀਦ ਹੈ ਕਿ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ, ਪਰ ਅਗਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਕੱਲ੍ਹ ਤੋਂ 6 ਘੰਟੇ ਦੀ ਪੂਰੀ OPD ਬੰਦ ਕਰਕੇ ਅਤੇ ਸਟ੍ਰਾਈਕ ਕਰਾਂਗੇ, ਅਤੇ ਉਸ ਤੋਂ ਬਾਅਦ ਅਗਰ ਨਹੀਂ ਹੋਏਗਾ ਤਾਂ ਫਿਰ ਅਸੀਂ ਆਪਣੇ ਹੋਰ ਉੱਚੇ ਕਦਮ ਚੁੱਕਾਂਗੇ ਮਜ਼ਬੂਰੀ ਦੇ ਵਿੱਚ। ਜੀ ਮੈਂ ਇਹ ਕਹਿਣਾ ਚਾਹਾਂਗਾ, ਜਿਹੜੀਆਂ ਸਾਡੀਆਂ ਮੰਗਾਂ ਨੇ PCMS ਡਾਕਟਰ ਐਸੋਸੀਏਸ਼ਨ ਦੀਆਂ, ਉਹ ਬਹੁਤ ਹੀ ਜੈਨੂਅਨ ਅਤੇ ਬਹੁਤ ਹੀ ਬੇਸਿਕ ਮੰਗਾਂ ਨੇ, ਅਤੇ ਸਾਡੀ ਅਪੀਲ ਹੈ ਸਰਕਾਰ ਨੂੰ ਕਿ ਇਹਨਾਂ ਨੂੰ ਸਮੇਂ ਸਿਰ ਅਤੇ ਜਲਦ ਤੋਂ ਜਲਦ ਜਿਹੜਾ ਹੈ ਉਹ ਪੂਰਾ ਕੀਤਾ ਜਾਏ, ਜਿੱਥੇ ਸਾਨੂੰ ਮਜਬੂਰਨ ਜਿਹੜੀ ਸਾਡੀ ਸਟ੍ਰਾਈਕ ਹੈ ਇਹਨੂੰ ਅਗਰੈਸਿਵ ਰੂਪ ਦੇ ਕੇ ਥੋੜ੍ਹਾ ਹੋਰ ਨੂੰ ਇੰਟੈਂਸੀਫਾਈ ਕਰਕੇ ਸਾਨੂੰ ਫੁੱਲ ਡੇ ਵੀ ਸਾਨੂੰ OPD ਜਿਹੜੀ ਬੰਦ ਕਰਨੀ ਪੈ ਸਕਦੀ ਹੈ। ਜੇ ਫਿਰ ਵੀ ਸਰਕਾਰ ਨਹੀਂ ਮੰਨੀ ਤਾਂ ਸਾਨੂੰ ਮਜਬੂਰਨ ਫਿਰ ਐਮਰਜੈਂਸੀ ਦੀ ਸਰਵਿਸਿਸ ਹੈਗੀਆਂ ਉਹਦੇ ਵਿੱਚ ਕਟੌਤੀ ਕਰਨੀ ਸ਼ੁਰੂ ਕਰਨੀ ਪੈ ਸਕਦੀ ਹੈ। ਜਿਸ ਤਰ੍ਹਾਂ 3 ਦਿਨ ਤੋਂ ਤੁਸੀਂ ਲਗਾਤਾਰ ਹੜਤਾਲ ਜਿਹੜੀ ਕਰਦੇ ਪਏ, 3 ਘੰਟੇ ਦੀ ਹੜਤਾਲ ਹੈਗੀ ਹੈ ਨਾ, ਕੀ ਕੋਈ ਸਰਕਾਰ ਦੇ ਨਾਲ ਗੱਲਬਾਤ ਹੋਈ? ਹਾਂਜੀ ਹਾਂਜੀ ਜੀ, ਸਾਡੀ ਸਰਕਾਰ ਨਾਲ ਲਗਾਤਾਰ 2 ਮੰਥ ਤੋਂ ਟਾਕਸ ਚੱਲ ਰਹੇ ਨੇ, ਅਤੇ ਲਾਸਟ 2 ਵੀਕਸ ਤੋਂ ਵੀ ਜਿਹੜੀ ਸਾਡੀ 4 ਮੀਟਿੰਗ ਹੋਈਆਂ ਸੀਗੀਆਂ, ਅਤੇ ਈਵਨ ਅੱਜ ਵੀ ਸਾਡੀ ਜਿਹੜੀ ਹੈ ਮੀਟਿੰਗ ਹੈ ਸਰਕਾਰ ਨਾਲ, ਜਿਹੜੀ ਪਿਛਲੇ 2 ਹਫ਼ਤੇ ਮੀਟਿੰਗ ਹੋਈਆਂ ਸਾਡੀ ਹੈਲਥ ਮਿਨਿਸਟਰ ਸਾਹਿਬ ਨਾਲ ਅਤੇ ਹੈਲਥ ਸੈਕਟਰੀ ਸਾਹਿਬ ਨਾਲ ਹੋਈਆਂ ਨੇ, ਪਰ ਜਿਹੜੀ ਅੱਜ ਦੀ ਮੀਟਿੰਗ ਹੈਗੀ ਹੈ ਸਾਡੀ ਫਾਈਨੈਂਸ ਮਿਨਿਸਟਰ ਸਾਹਿਬ ਨਾਲ ਹੈਗੀ ਹੈ ਚੀਮਾ ਜੀ ਦੇ ਨਾਲ, ਅਤੇ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਕਿ ਸਰਕਾਰ ਸਾਡੀਆਂ ਜਿਹੜੀ ਬਹੁਤ ਹੀ ਬੇਸਿਕ ਅਤੇ ਜੈਨੂਅਨ ਡਿਮਾਂਡ ਨੇ ਉਹਨੂੰ ਜਲਦ ਤੋਂ ਜਲਦ ਪੂਰਾ ਕਰਕੇ ਜਿਹੜਾ ਹੈ ਸਾਨੂੰ ਵਾਪਸ ਸੇਵਾ ਹੋਣ ਵਾਲ ਦੀ ਕਹਿ ਦੀ। ਬਿਲਕੁਲ ਹੋਪਫੁਲ ਹੈਗੀ ਹੈ, ਮੀਟਿੰਗ ਚੱਲਦੀ ਪਈ ਹੈਗੀ ਆ, ਗੱਲਬਾਤ ਕਰਦੇ ਹਾਂ। ਸਰ ਕੀ ਕਹਿਣਾ, ਜਿਸ ਤਰ੍ਹਾਂ ਸਟ੍ਰਾਈਕ ਕਰਦੇ ਪਏ ਹੈਗੇ? ਸਰ ਸਟ੍ਰਾਈਕ ਦਾ ਸਾਡਾ ਮੇਨ ਇਸ਼ੂ ਇਹੀ ਹੈ ਕਿ ਪੇਸ਼ੈਂਟਸ ਦੇ ਵਾਸਤੇ ਹੀ ਅਸੀਂ ਸਟ੍ਰਾਈਕ ਕਰ ਰਹੇ ਹਾਂ, ਕਿਉਂਕਿ ਇੱਕ ਇੱਕ ਜਿਹੜਾ ਡਾਕਟਰ ਹੈ ਉਹ 100-100 ਮਰੀਜ਼ ਦੇਖ ਰਿਹਾ ਹੈਗਾ। ਅਸੀਂ ਸਰਕਾਰ ਅੱਗੇ ਪਹਿਲੀ ਡਿਮਾਂਡ ਇਹੀ ਰੱਖੀ ਹੈ ਕਿ ਜਿਹੜੇ ਆਪਣੇ ਡਾਕਟਰਸ ਨਵੇਂ ਰਿਕਰੂਟ ਕੀਤੇ ਜਾਣ, ਤਾਂ ਕਿ ਲੋਕਾਂ ਵਾਸਤੇ ਫੈਸਿਲਿਟੀ ਵਧੇ, ਲੋਕਾਂ ਵਾਸਤੇ ਜਿਹੜੇ ਡਾਕਟਰਸ ਜ਼ਿਆਦਾ ਵਧਣ ਅਤੇ ਲੋਕ ਜਿਹੜੇ ਜ਼ਿਆਦਾ ਵਧੀਆ ਤਰੀਕੇ ਨਾਲ ਦੇਖੇ ਜਾ ਸਕਣ। ਅਗਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਦੈਨ ਆਫਟਰ ਕੀ ਕਰੋਗੇ? ਦੇਖੋ, ਅਗਰ ਮੰਗਾਂ ਸਾਡੀਆਂ ਨਹੀਂ ਮੰਨਿਆ ਗਈਆਂ ਤਾਂ ਸਾਡੀ ਜਿਹੜੀ ਸਟ੍ਰਾਈਕ ਹੈ ਉਹ ਸਟੇਟ ਬੋਡੀ ਦੇ ਆਦੇਸ਼ ਦੇ ਉੱਪਰ ਅਸੀਂ ਇਹਨੂੰ ਹੋਰ ਤੀਬਰ ਕਰ ਸਕਦੇ ਹਾਂ, ਅਤੇ ਪੂਰਨ ਤੌਰ 'ਤੇ ਜਿਹੜੀ OPD ਬੰਦ ਕੀਤੀ ਜਾਵੇਗੀ, ਅਤੇ ਹੋ ਸਕਦਾ ਹੈ ਕਿ ਐਮਰਜੈਂਸੀ ਸਰਵਿਸ ਵੀ ਬੰਦ ਕੀਤੀ ਜਾਵੇ। ਬਿਲਕੁਲ, ਡਾਕਟਰਾਂ ਵੱਲੋਂ ਵੀ ਚੇਤਾਵਨੀ ਹੈ ਸਰਕਾਰ ਨੂੰ ਕਿ ਮੰਗਾਂ ਨਾ ਮੰਨੀਆਂ ਅਤੇ ਇਹਨਾਂ ਦੀ ਸਟ੍ਰਾਈਕ ਜਿਹੜੀ ਆ ਹੋਰ ਅਗਰੈਸਿਵ ਜਿਹੜੀ ਹੋਏਗੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ, ਲਗਾਤਾਰ ਜਿਹੜੀ ਆ ਤੁਹਾਡੀ ਜਿਹੜੀ ਸਟ੍ਰਾਈਕ ਚੱਲਦੀ ਪਈ? ਇਸਕੇ ਬਾਰੇ ਮੈਂ ਸਿਰਫ ਇਤਨਾ ਬੋਲਣਾ ਚਾਹਤੀ ਹੂੰ ਕਿ ਜੈਸੇ ਜੋ ਹਮਾਰੇ ਫੀਮੇਲ ਡਾਕਟਰਸ ਹੈ ਉਨਕੇ ਲਈ ਸਿਕਿਉਰਿਟੀ ਕਾ ਇਸ਼ੂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇੰਪੋਰਟੈਂਟ ਇਸ ਲਈ ਹੈ ਕਿਉਂਕਿ ਜੋ ਇੱਕ ਡਾਕਟਰ ਕੀ ਡਿਊਟੀ ਹੋਤੀ ਹੈ ਉਹ ਸਿਰਫ 8 to 2 ਜਾਂ 9 to 5 ਨਹੀਂ ਹੋਤੀ ਹੈ, ਇਟ ਇਜ਼ ਅ 24-hour ਡਿਊਟੀ। ਫੀਮੇਲ ਡਾਕਟਰਸ ਕੋ ਸਿਕਿਉਰਿਟੀ ਕੀ ਜ਼ਰੂਰਤ ਪੜਤੀ ਹੈ ਕਿਉਂਕਿ ਕਿਸੀ ਵੀ ਟਾਈਮ ਪੇ ਉਨਕੋ ਡਿਊਟੀ ਪੇ ਆਨਾ ਪੜ ਸਕਤਾ ਹੈ। ਜਹਾਂ ਪੇ ਬਹੁਤ ਸਾਰੇ ਹਮਨੇ ਐਸੇ ਕੇਸਿਸ ਰੀਸੈਂਟਲੀ ਵੀ ਦੇਖੇ ਹੈ ਕਿ ਵਾਇਲੈਂਸ ਕੀ ਕੇਸਿਸ ਅਗੇਂਸਟ ਡਾਕਟਰਸ ਹੋ ਰਹੇ ਹੈ, ਜੋ ਕਿ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਅਗਰ ਜੋ ਹੀਲਰ ਹੈ ਉਸੀ ਕੋਈ ਪ੍ਰੋਟੈਕਟ ਕਰਨੇ ਕੇ ਲਈ ਨਹੀਂ ਹੈ ਤਾਂ ਉਹ ਆਪਣੀ ਸਰਵਿਸਿਸ ਕਿਆ ਦੇਂਗੇ। ਮੁਝੇ ਲਗਤਾ ਹੈ ਕਿ ਇੱਕ ਐਸਾ ਐਟਮੋਸਫੇਅਰ ਕ੍ਰੀਏਟ ਕਰਨਾ ਚਾਹੀਏ ਜਿਸਮੇ ਕਿਸੀ ਵੀ ਡਾਕਟਰ ਕੋ ਚਾਹੇ ਫੀਮੇਲ ਹੋ ਮੇਲ ਹੋ 10 ਵਾਰ ਸੋਚਣਾ ਨਾ ਪੜੇ ਕਿ ਅਗਰ ਮੁਝੇ 12 ਵਜੇ ਐਮਰਜੈਂਸੀ ਦੇਖਣੀ ਹੈ ਤਾਂ ਕਿਆ ਮੈਂ ਸੇਫ ਹੂੰ ਜਾਂ ਨਹੀਂ। ਸਿਕਿਉਰਿਟੀ ਕਾ ਹੀ ਮਸਲਾ ਹੈ, ਉਸਕੋ ਲੈ ਕੇ ਹੀ ਆਪ ਸਟ੍ਰਾਈਕ ਕਰ ਰਹੇ ਹੋ ਜਾਂ ਕੋਈ ਹੋਰ ਵੀ ਹੈ ਡਿਮਾਂਡ ਹੈ? ਸਿਕਿਉਰਿਟੀ ਕੇ ਸਾਥ ਸਾਥ ਵੀ ਵਾਂਟ ਕਿ ਹਮਾਰੇ ਰੈਗੂਲਰ ਡਾਕਟਰਸ ਕੀ ਯਹਾਂ ਪੇ ਭਰਤੀ ਜ਼ਿਆਦਾ ਹੋ, ਠੀਕ ਹੈ, ਕਿਉਂਕਿ ਇਤਨਾ ਪੜ੍ਹ ਕੇ ਇਤਨਾ ਆਪਣੀ ਐਫਰਟਸ ਡਾਲ ਕੇ ਰੈਗੂਲਰਾਈਜੇਸ਼ਨ ਹੋਣੀ ਚਾਹੀਏ, ਡਾਕਟਰਸ ਕੀ ਰੈਗੂਲਰ ਭਰਤੀਆਂ ਹੋਣੀ ਚਾਹੀਏ ਤਾਂ ਕਿ ਪੇਸ਼ੈਂਟਸ ਕੋ ਜ਼ਿਆਦਾ ਸੇ ਜ਼ਿਆਦਾ ਸਰਵਿਸਿਸ ਮਿਲੇ। ਜਿੰਨੇ ਜ਼ਿਆਦਾ ਡਾਕਟਰਸ ਉਨਕੀ ਸਰਵਿਸ ਮੇਂ ਹੋਂਗੇ ਉਤਨਾ ਜ਼ਿਆਦਾ ਉਨਕੋ ਟਾਈਮ ਦਿਆ ਜਾ ਸਕਤਾ ਹੈ, ਉਨਕੇ ਇਲਾਜ ਮੇਂ ਵੀ ਬਿਹਤਰੀ ਹੋ ਸਕਤੀ ਹੈ ਔਰ ਉਨਕੋ ਜ਼ਿਆਦਾ ਅਟੈਂਸ਼ਨ ਮਿਲ ਸਕਤੀ ਹੈ। ਪੇਸ਼ੈਂਟਸ ਕੇ ਲਈ ਬਹੁਤ ਜ਼ਰੂਰੀ ਹੈ ਕਿ ਅਗਰ ਸਪੋਜ਼ਿੰਗ ਪਰ ਪੇਸ਼ੈਂਟ ਅਗਰ ਹਮਾਰੇ ਪਾਸ ਡਾਕਟਰਸ ਹੋਂ ਤੋ ਉਨਕੋ ਜ਼ਿਆਦਾ ਅਟੈਂਸ਼ਨ ਜ਼ਿਆਦਾ ਇਲਾਜ ਦੇ ਸਕਤੇ ਹੈ ਔਰ ਇਸਸੇ
ਪੇਸ਼ੈਂਟ ਦਾ ਵੀ ਫਾਇਦਾ ਔਰ ਡਾਕਟਰਸ ਦਾ ਵੀ ਇਸਮੇ ਹੈ। ਦੇਖਿਆ ਤੁਸੀਂ ਲਗਾਤਾਰ ਜਿਹੜੇ ਡਾਕਟਰਾਂ ਵੱਲੋਂ 3 ਦਿਨ ਤੋਂ ਜਿਹੜੀ ਹੈ ਹੜਤਾਲ ਜਿਹੜੀ ਹੈ ਉਹ ਜਾਰੀ ਕੀਤੀ ਹੋਈ ਹੈ। ਇਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈਗਾ ਕਿ ਜਦ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਤੱਕ ਇਹਨਾਂ ਦੀ ਹੜਤਾਲ ਜਿਹੜੀ ਹੈ ਉਹ ਜਾਰੀ ਰਹੇਗੀ। ਪਠਾਨਕੋਟ ਤੋਂ ਓਨ ਏਅਰ ਦੇ ਲਈ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ ਦੀ ਰਿਪੋਰਟ।